ਸਮਾਜ ਦੇ ਵਿੱਚ ਜੀਵਨ ਉਤਰਤੇ ਪਦਰਤੇ ਚੱਲਦਾ ਤਾਂ ਸੂਰੇ ਦੇ ਨਾਲ ਹੈ ਪਰੰਤੂ ਇਸ ਨੂੰ ਕਮਾਉਂਦਾ ਪੈਸਾ ਹੈ ਪੈਸਾ ਮਨੁੱਖ ਦੀ ਤੀਜੀ ਅੱਖ ਹੈ ਤੇ ਜੇਕਰ ਇਹ ਤੀਜੀ ਅੱਖ ਨਾ ਖੁੱਲੀ ਹੋਵੇ ਨਾ ਬਾਕੀ ਦੋ ਅੱਖਾਂ ਦੇ ਖੁੱਲਣ ਨਾਲ ਵੀ ਕੁਝ ਨਹੀਂ ਦਿਖਾਈ ਦਿੰਦਾ ਤਿੰਨ ਗੱਲਾਂ ਹਨ ਪੈਸਾ ਧਨ ਅਤੇ ਦੌਲਤ ਪੈਸਾ ਤਾਂ ਹੈ ਜਿਹੜਾ ਮੁੱਢਲਾ ਰੂਪ ਹੈ ਪੈਸੇ ਦਾ ਮੈਂ ਕੰਮ ਕੀਤਾ ਮੈਨੂੰ ਉਜਰਤ ਮਿਲ ਗਈ ਉਹ ਪੈਸਾ ਹੈ ਜਿਹੜਾ ਤਨ ਹੈ ਤਨ ਇਕੱਠਾ ਹੋਇਆ ਹੋਇਆ ਪੈਸਾ ਹੈ ਜਿਹੜੇ ਮੇਰੀ ਬੱਚਤ ਹੈ ਤੇ ਦੌਲਤ ਹੁੰਦੀ ਹੈ ਉਹ ਪੈਸਾ ਜਿਸ ਨੂੰ ਮੈਂ ਵਰਤ ਕੇ ਆਪਣੇ ਪੈਸੇ ਨੂੰ ਵਧਾਉਂਦਾ ਹਾਂ ਮਿਸਾਲ ਦੇ ਤੌਰ ਤੇ ਮੈਂ ਜੇਕਰ ਕੋਈ ਕਾਰਖਾਨਾ ਖੋਲਦਾ ਤਾਂ ਉਹ ਮੇਰੀ ਦੌਲਤ ਹੋਏਗਾ ਉਹ ਪੈਸਾ ਨਹੀਂ ਹੋਏਗਾ ਐਸੇ ਤਿਕਨਲ ਅਮੀਰ ਅਤੇ ਦੌਲਤਮਨ ਦੇ ਵਿੱਚ ਫਰਕ ਹੈ ਅਮੀਰ ਬੰਦਾ ਉਸ ਉਹ ਹੁੰਦਾ ਹੈ ਜਿਹੜਾ ਆਪਣੇ ਉੱਤੇ ਪੈਸੇ ਖਰਚ ਕਰਦਾ ਉਹ ਕਿਸੇ ਹੋਰ ਉੱਤੇ ਨਹੀਂ ਖਰਚ ਕਰ ਸਕਦਾ ਆਪਣੇ ਉੱਤੇ ਤਾਂ ਖਰਚਣ ਨੂੰ ਤਿਆਰ ਆ ਉਹ ਪਰੰਤੂ ਦੌਲਤਮੰਦ ਉਹ ਹੁੰਦਾ ਜਿਹੜਾ ਹੋਰਾਂ ਵਾਸਤੇ ਰੋਜ਼ਗਾਰ ਪੈਦਾ ਕਰਦਾ ਹੈ ਸੋ ਇਸ ਪੱਖ ਤੋਂ ਪੈਸੇ ਦੇ ਮਹੱਤਵ ਨੂੰ ਸਮਝਣ ਦੀ ਲੋੜ ਹੈ ਜੇਕਰ ਤੁਸੀਂ ਪੈਸੇ ਦੀ ਕਦਰ ਕਰੋਗੇ ਪੈਸਾ ਤੁਹਾਡੀ ਕਦਰ ਕਰੇਗਾ ਪੈਸੇ ਦਾ ਮੁੱਢ ਕਿਵੇਂ ਬੱਜਿਆ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਜਦੋਂ ਤੀਰਥ ਯਾਤਰਾ ਵਗੈਰਾ ਤੇ ਜਾਂਦੇ ਸਨ ਤਾਂ ਉਹ ਆਪਣੀਆਂ ਕੀਮਤੀ ਚੀਜ਼ਾਂ ਜਾਂ ਸੋਨਿਆਂ ਦਾ ਗਹਿਣੇ ਵਗੈਰਾ ਜਿਹੜੇ ਸਨ ਉਹ ਪਿੰਡ ਦੇ ਸੁਨਿਆਰ ਕੋਲ ਰੱਖ ਜਾਂਦੇ ਸਨ ਉਹ ਸੁਨਿਆਰ ਜਿਹੜਾ ਸੀ ਉਹਨਾਂ ਨੂੰ ਇੱਕ ਪਰਚੀ ਦਿੰਦਾ ਸੀ ਇਸੋ ਤੇ ਉਹ ਲਿਖਿਆ ਹੁੰਦਾ ਸੀ ਵੀ ਇਹਨਾਂ ਇਹਨੇ ਮੈਨੂੰ ਸਮਾਨ ਦਿੱਤਾ ਕਿਉਂਕਿ ਉਹਨਾਂ ਸੁਨਿਆਰਿਆਂ ਦੇ ਆਪਸੀ ਰਿਸ਼ਤੇਦਾਰੀਆਂ ਸੀ ਉਹਨਾਂ ਦੀਆਂ ਹੋਰ ਥਾਵਾਂ ਉੱਤੇ ਉਹਨਾਂ ਦੇ ਭਾਈ ਔਰ ਰਿਸ਼ਤੇਦਾਰ ਵਗੈਰਾ ਹਿੱਸੇਨ ਉਹ ਪਰਚੀ ਦੂਜੀ ਜਗ੍ਹਾ ਤੇ ਦਿਖਾ ਕੇ ਉਹਨਾਂ ਪੈਸਾ ਜਾਂ ਸੋਨਾ ਜਾਂ ਚੀਜ਼ ਜਿਹੜੀ ਸੀ ਲਈ ਜਾ ਸਕਦੀ ਸੀ ਇਹ ਪਰਚੀਆਂ ਹੌਲੀ-ਹੌਲੀ ਹੋ ਕੇ ਗਿਆ ਕਿ ਇਹ ਨੋਟ ਬਣ ਗਏ ਇਹ ਨੋਟ ਜਿਹੜੇ ਹਨ ਇਹ ਉਹਨਾਂ ਦੀ ਕੀਮਤ ਮਿੱਥ ਦਿੱਤੀ ਗਈ ਸੋ ਇਸ ਟੰਗ ਦੇ ਨਾਲ ਪੈਸੇ ਦਾ ਨਿਰਮਾਣ ਜਿਹੜਾ ਹੈ ਉਹ ਮੰਡੀ ਦੇ ਨਾਲ ਜੁੜਿਆ ਹੋਇਆ ਹੈ ਅਸੀਂ ਪੈਸੇ ਲੈ ਕੇ ਜਾਂਦੇ ਹਾਂ ਚੀਜ਼ਾਂ ਖਰੀਦ ਲੈਂਦੇ ਹਾਂ ਚੀਜ਼ਾਂ ਲੈ ਕੇ ਜਾਂਦੇ ਹਾਂ ਪੈਸੇ ਵਟ ਲਿਆਉਂਦੇ ਹਾਂ ਸੋ ਪੈਸੇ ਦੀ ਲੋੜ ਜਿਹੜੀ ਹੈ ਮੰਡੀ ਦੇ ਵਿੱਚ ਪੈਂਦੀ ਹੈ ਤੇ ਪੈਸੇ ਤੋਂ ਬਿਨਾ ਮਨੁੱਖ ਦਾ ਨਿਰਭਾਹ ਨਹੀਂ ਹੁੰਦਾ ਪੈਸੇ ਨਾਲ ਸਾਰੀਆਂ ਸਮੱਸਿਆਵਾਂ ਤਾਂ ਹੱਲ ਨਹੀਂ ਹੁੰਦੀਆਂ ਪਰੰਤੂ ਪੈਸੇ ਤੋਂ ਬਿਨਾ ਕੋਈ ਵੀ ਸਮੱਸਿਆ ਹੱਲ ਨਹੀਂ ਹੁੰਦੀ ਤੇ ਜਦੋਂ ਮਨੁੱਖ ਉਂਝ ਬਿਮਾਰ ਹੋਵੇ ਕੋਈ ਹੋਰ ਉਹਨੂੰ ਸੰਕਟ ਆ ਪਵੇ ਤੇ ਉਸ ਵੇਲੇ ਪੈਸੇ ਵੀ ਨਾ ਹੋਣ ਤਾਂ ਉਸ ਵੇਲੇ ਆਪਣੀ ਮੁਸ਼ਕਲ ਜਾਂ ਮੁਸੀਬਤ ਨਾਲ ਲੜਨ ਦੀ ਉਹਦੀ ਜਿਹੜੀ ਸਮਰੱਥਾ ਹੁੰਦੀ ਹੈ ਉਹ ਬੜੀ ਨੀਵੀ ਹੋ ਜਾਂਦੀ ਹੈ ਤੇ ਇਸ ਢੰਗ ਦੇ ਨਾਲ ਪੈਸਾ ਜੋੜਨਾ ਚਾਹੀਦਾ ਹੈ ਬਚਤ ਕਰਨੀ ਚਾਹੀਦੀ ਹੈ ਬਚਤ ਦੀ ਆਦਤ ਦੀ ਲੋੜ ਹੈ ਬਚਤ ਭਾਵੇਂ 80 ਹੀ ਰੋਜ਼ ਕੀਤੀ ਜਾਵੇ ਜੇਕਰ ਲਗਾਤਾਰ ਕੀਤੀ ਜਾਵੇ ਤਾਂ ਉਸ ਦੇ ਨਾਲ ਬਹੁਤ ਸਾਰੀ ਰਕਮ ਇਕੱਠੀ ਹੋ ਜਾਂਦੀ ਹੈ ਮੇਰੀ ਇਹ ਧਾਰਨਾ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਲਗਾਤਾਰ 7 ਸਾਲ ਕੋਈ ਵੀ ਅਮਾਉਂਟ ਜੇਕਰ ਲਗਾਤਾਰ ਬਚਾਉਂਦਾ ਰਹੇ ਤਾਂ ਉਸ ਨੂੰ 7 ਸਾਲਾਂ ਬਾਅਦ ਆਪਣੀ ਜ਼ਿੰਦਗੀ ਦੇ ਵਿੱਚ ਪੈਸੇ ਦੀ ਘਾਟ ਦਾ ਮੂੰਹ ਨਹੀਂ ਵੇਖਣਾ ਪਵੇਗਾ ਕਿਉਂਕਿ ਉਹਦੇ ਵਿੱਚ ਬਚਤ ਦੀ ਆਦਤ ਪੈਦਾ ਹੋ ਜਾਵੇਗੀ ਇੱਥੇ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਇੱਕ ਬੰਦਾ ਸੀ ਉਸਨੇ ਲੈਕਚਰ ਦਿੱਤਾ ਤੇ ਲੈਕਚਰ ਦੇਣ ਵੇਲੇ ਉਸਨੇ ਬਾਕੀ ਸਾਰੇ ਲੋਕਾਂ ਨੂੰ ਕਿਹਾ ਕਿ ਬਚਤ ਕਰਿਆ ਕਰੋ ਹਰ ਕਿਸੇ ਨੇ ਆਪਣੀ ਮਜਬੂਰੀ ਦੱਸੀ ਜੇ ਮੇਰੀ ਤਾਂ ਆਮਦਨੀ ਬੜੀ ਥੋੜੀ ਹੈ ਮੇਰੇ ਤਾਂ ਖਰਚੇ ਹੀ ਬੜੇ ਹਨ ਮੈਂ ਪਰੇਸ਼ਾਨ ਹਾਂ ਮਜਬੂਰ ਹਾਂ ਮੈਂ ਬਚਾ ਨਹੀਂ ਸਕਦਾ ਤੇ ਜਦੋਂ ਲੈਕਚਰ ਖਤਮ ਹੋ ਗਿਆ ਤਾਂ ਹਰ ਇੱਕ ਬੰਦੇ ਨੂੰ ਜਿਹੜਾ ਉੱਥੇ ਬੈਠਾ ਸੀ ਉਸ ਨੂੰ 100-100 ਰੁਪਿਆ ਦਿੱਤਾ ਗਿਆ ਤੇ ਅਗਲੇ ਦਿਨ ਫੇਰ ਉਹਨਾਂ ਨੇ ਆਉਣਾ ਸੀ ਲੈਕਚਰ ਸੁਣਨ ਅਗਲੇ ਦਿਨ ਜਦੋਂ ਸਾਰੇ ਇਕੱਠੇ ਹੋਏ ਤਾਂ ਉਸ ਲੈਕਚਰ ਦੇਣ ਵਾਲੇ ਨੇ ਉਹਨਾਂ ਨੂੰ ਪੁੱਛਿਆ ਵੀ ਜਿਹੜੇ ਮੈਂ ਤੁਹਾਨੂੰ ਕੱਲ 100 ਰੁਪਿਆ ਦਿੱਤਾ ਸੀ ਉਸ ਦਾ ਤੁਸੀਂ ਕੀ ਕੀਤਾ ਕਿਸੇ ਨੇ ਕਿਹਾ ਮੈਂ ਇਹ ਕੀਤਾ ਕਿਸੇ ਨੇ ਕਿਹਾ ਇਹ ਕੀਤਾ ਕਿਸੇ ਨੇ ਉਹ ਬਚਾਏ ਹੋਏ ਸੀ ਤਾਂ ਉਸ ਵੇਲੇ ਉਸ ਨੇ ਦੱਸਿਆ ਵੀ ਤੁਹਾਨੂੰ ਕਿਸੇ ਨੂੰ ਪਤਾ ਵੀ ਨਹੀਂ ਸੀ ਕਿ ਮੈਂ 100 ਰੁਪਏ ਤੁਹਾਨੂੰ ਦੇਣੇ ਹਨ ਜੇਕਰ ਤੁਹਾਨੂੰ ਇਹ 100 ਰੁਪਏ ਮਿਲਣੇ ਵੀ ਨਹੀਂ ਸੀ ਘੱਟੋ ਘੱਟ ਤੁਸੀਂ ਇਹ 100 ਰੁਪਏ ਤਾਂ ਬਚਾ ਸਕਦੇ ਸੀ ਉਸ ਨੇ ਇਹ ਗੱਲ ਉਥੇ ਦ੍ਰਿੜ ਕਰਵਾਏ ਜੇਕਰ ਬਚਤ ਦੀ ਆਦਤ ਹੋਵੇ ਤਾਂ ਆਮਦਨ ਜਿੰਨੀ ਮਰਜ਼ੀ ਘੱਟ ਹੋਵੇ ਉਹਦੇ ਵਿੱਚ ਬੰਦਾ ਬਚਾ ਸਕਦਾ ਤੇ ਜੇਕਰ ਬਚਤ ਦੀ ਆਦਤ ਨਾ ਹੋਵੇ ਜਿੰਨੀ ਮਰਜ਼ੀ ਆਮਦਨ ਹੋਵੇ ਉਹ ਸਾਰੀ ਖਰੋੜ ਦਿੰਦਾ ਇਸ ਕਰਕੇ ਉਹ ਥੋੜਿਆ ਰਹਿੰਦਾ ਤੇ ਥੋੜਿਆ ਹੋਇਆ ਵਿਅਕਤੀ ਬਹੁਤੀ ਦੂਰ ਨਹੀਂ ਜਾ ਸਕਦਾ ਉਹ ਲੰਬੀਆਂ ਸੋਚਾਂ ਨਹੀਂ ਸੋਚ ਸਕਦਾ ਕੋਈ ਵੀ ਵਿਅਕਤੀ ਜਿਸ ਕੋਲ ਪੈਸਾ ਨਹੀਂ ਹੈ ਉਹ ਆਪਣੇ ਬੱਚੇ ਨੂੰ ਉੱਚੀ ਸਿੱਖਿਆ ਦੇਣ ਬਾਰੇ ਨਹੀਂ ਸੋਚ ਸਕਦਾ ਨਾ ਚੰਗਾ ਮਕਾਨ ਪਾਉਣ ਬਾਰੇ ਨਹੀਂ ਸੋਚ ਸਕਦਾ ਇਸ ਕਰਕੇ ਬਚਤ ਜਾਂ ਪੈਸਾ ਜਿਹੜਾ ਹੈ ਉਸ ਦੇ ਮਹੱਤਵ ਨੂੰ ਸਮਝਣ ਦੀ ਲੋੜ ਹੈ ਪੈਸੇ ਨੂੰ ਆਪਣੇ ਵਿਕਾਸ ਵਾਸਤੇ ਵਰਤਣਾ ਚਾਹੀਦਾ ਹੈ ਪੈਸੇ ਨੂੰ ਵੇਸਟ ਕਰਨਾ ਦਿਖਾਵੇ ਵਾਸਤੇ ਕਰਨਾ ਇਹ ਪੈਸੇ ਦੀ ਦੁਰਵਰਤੋਂ ਹੈ